ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਾਮਦੇਵ ਕਿਚਨ ਵਲੌਗ ਅਤੇ ਅੱਜ ਅਸੀਂ ਤੁਹਾਡੇ ਲਈ ਇੱਕ ਬੜੀ ਹੈਲਦੀ ਜੀ ਚਟਨੀ ਦੀ ਰੈਸਪੀ ਲੈ ਕੇ ਆਏ ਹਾਂ ਅਤੇ ਜੇ ਤੁਹਾਡਾ ਹਾਜ਼ਮਾ ਖਰਾਬ ਆ ਤਾਂ ਉਹਨੂੰ ਦੁਰਸਤ ਕਰ ਸਕਦੀ ਆ ਅਤੇ ਮਤਲਬ ਕਿ ਜਦੋਂ ਤੁਹਾਨੂੰ ਕੋਈ ਚੀਜ਼ ਨਹੀਂ ਹਜ਼ਮ ਹੁੰਦੀ ਤਾਂ ਤੁਸੀਂ ਇਹ ਜਿਹੜੀ ਆ ਚਟਨੀ ਬਣਾ ਕੇ ਖਾ ਲਓ ਬਹੁਤ ਸਾਰੇ ਇਹਦੇ ਬੈਨੀਫਿਟ ਨੇ ਵੈਸੇ ਗਲਾ ਖਰਾਬ ਹੋਏ ਉਹਦੇ ਵਾਸਤੇ ਵੀ ਗਲਾ ਖਰਾਬ ਤੁਸੀਂ ਆਉਣਾ ਵੀ ਇਹ ਸਾਰੀਆਂ ਚੀਜ਼ਾਂ ਗਲਾ ਨਹੀਂ ਠੀਕ ਕਰ ਰਹੀਆਂ ਮਿਰਚ ਤਾਂ ਜਿਵੇਂ ਕਿ ਇਹ ਮੈਂ ਲਿਆ ਮੇਨ ਜਿਹੜਾ ਇਹਦੇ 'ਚ ਹੈਗਾ ਆ ਇਹ ਹੈਗਾ ਬੇਜ਼ਲ ਲੀਫ ਅਤੇ ਇਹਨੂੰ ਅਸੀਂ ਪੰਜਾਬੀ 'ਚ ਬੋਲਦੇ ਹਾਂ ਨਿਆਜ਼ ਬੋ ਵੀ ਬੋਲ ਦਿੰਦੇ ਨਿਆਜ਼ ਬੋਝ ਵੀ ਬੋਲ ਦਿੰਦੇ ਪਲੱਸ ਇੱਕ ਮੈਂ ਹੋਰ ਸੁਣਿਆ ਮਰੂਏ ਦਾ ਮੈਨੂੰ ਪੱਕਾ ਪਤਾ ਨਹੀਂ ਕਿ ਇਹਨੂੰ ਮਰੂਆ ਕਹਿੰਦੇ ਕਿ ਨਹੀਂ ਕਹਿੰਦੇ ਪਰ ਮੈਨੂੰ ਇੰਨਾ ਪਤਾ ਕਿ ਇਹਨੂੰ ਨਿਆਜ਼ ਬੋਝ ਅਤੇ ਬੇਜ਼ਲ ਲੀਫ ਕਹਿੰਦੇ ਆ ਸੋ ਇਹ ਲਏ ਅਸੀਂ ਕਾਫੀ ਸਾਰੇ ਅਤੇ ਇੱਧਰ ਮੈਂ ਥੋੜ੍ਹਾ ਜਿਹਾ ਪੁਦੀਨਾ ਲਿਆ ਜਿੰਨਾ ਕੁ ਮੇਰੇ ਕੋਲ ਹੈਗਾ ਸੀ ਘਰੇ ਕਿਉਂਕਿ ਹੁਣ ਸਰਦੀ ਕਰਕੇ ਥੋੜ੍ਹਾ ਸੁੱਕ ਗਿਆ ਨਾਲ ਲਿਆ ਆਂਵਲਾ ਨਾਲ ਲਿਆ ਜੀ ਅਦਰਕ ਦਾ ਇੱਕ ਪੀਸ ਥੋੜ੍ਹਾ ਜਿਹਾ ਜਿਹੜਾ ਮੈਂ ਚਾਰ ਪੰਜ ਤੋਰੀਆਂ ਲਸਣ ਇਹ ਲਈ ਹਰੀ ਮਿਰਚ ਤੁਸੀਂ ਆਪਣੇ ਇਹ ਮੈਂ ਮੋਟੇ ਵਾਲੀ ਲਈ ਜਿਹੜੀ ਵੱਡੀਆਂ ਹੁੰਦੀਆਂ ਸੋ ਤੁਸੀਂ ਆਪਣੇ ਟੇਸਟ ਅਕੋਰਡਿੰਗ ਜਿਹੜੀਆਂ ਜੇ ਜ਼ਿਆਦਾ ਮਿਰਚਾਂ ਖਾਂਦੇ ਤਾਂ ਤੁਸੀਂ ਜਿਹੜੀਆਂ ਦੂਸਰੀਆਂ ਮਿਰਚਾਂ ਲੈ ਸਕਦੇ ਜੇ ਅਤੇ ਬਾਕੀ ਇਹਨੂੰ ਤੁਸੀਂ ਅੱਜ ਖੰਡ ਵੀ ਪਾ ਸਕਦੇ ਪਰ ਖੰਡ ਤੋਂ ਬਗੈਰ ਵੀ ਬਣਾਉਣ ਤਾਂ ਵੀ ਟੇਸਟੀ ਬਣਦੀ ਹੈ ਚਲੋ ਅੱਜ ਆਪਾਂ ਬਣਾਉਂਦੇ ਹਾਂ ਅਤੇ ਚਲੋ ਅੱਜ ਅਸੀਂ ਬਣਾਉਂਦੇ ਹਾਂ ਡੰਡੇ ਗੁੰਡੇ ਨਾਲ ਇਹ ਹੱਥ ਦੇ ਨਾਲ ਜਿਹੜੀ ਕੁੱਟੀ ਹੋਈ ਚਟਨੀ ਆ ਡੰਡੇ ਗੁੰਡੇ 'ਚ ਉਹਦਾ ਆਪਣਾ ਵੱਖਰਾ ਹੀ ਸਵਾਦ ਹੁੰਦਾ ਬਣ ਤਾਂ ਤੁਹਾਨੂੰ ਪਤਾ ਕਿ ਉਹਦੇ 'ਚ ਵੀ ਜਾਂਦੀਆਂ ਨੇ ਮਿਕਸੀ ਗ੍ਰਾਈਂਡਰ 'ਚ ਵੀ ਬਣ ਜਾਂਦੀਆਂ ਨੇ ਪਰ ਜਿਹੜੀ ਡੰਡੇ ਗੁੰਡੇ ਵਾਲੀ ਚਟਨੀ ਉਹਦਾ ਵੱਖਰਾ ਹੀ ਸਵਾਦ ਆ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀ ਲਸਣ ਨਾਲ ਹੀ ਪਾ ਦਾਂਗੇ ਅਦਰਕ ਨਾਲ ਹੀ ਪਾ ਦਾਂਗੇ ਅਸੀਂ ਇਹਦੇ ਵਿੱਚ ਆਂਵਲਾ ਕੱਟ ਕੇ ਅਤੇ ਜਿਹੜਾ ਹੈਗਾ ਆ ਨਿਆਜ਼ ਬੋਝ ਇਹ ਜਿਹੜਾ ਆ ਤੁਹਾਡੇ ਜਿੰਨੀਆਂ ਵੀ ਤੁਹਾਡੀਆਂ ਪੇਟ ਦੀਆਂ ਪ੍ਰੋਬਲਮਸ ਆ ਦੂਰ ਕਰਦਾ ਬੱਚਿਆਂ ਲਈ ਸਪੈਸ਼ਲ ਬਹੁਤ ਵਧੀਆ ਕਿ ਉਹਨਾਂ ਦੇ ਜਿਹੜੇ ਪੇਟ 'ਚ ਕੀੜੇ ਵਗੈਰਾ ਹੁੰਦੇ ਆ ਉਹ ਇਹਦੇ ਨਾਲ ਠੀਕ ਹੋ ਜਾਂਦੇ ਆ ਸੋ ਬੱਚਿਆਂ ਨੂੰ ਜਿਹੜਾ ਤੁਸੀਂ ਦੇ ਸਕਦੇ ਇਹਦੀ ਚਾਹ ਬਹੁਤ ਟੇਸਟੀ ਬਣਦੀ ਆ ਔਰ ਇਹਦੀ ਫ੍ਰੈਗਨੈਂਸ ਇੰਨੀ ਵਧੀਆ ਹੁੰਦੀ ਆ ਨਾ ਵੀ ਮਤਲਬ ਕਿ ਇੱਕ ਤਾਂ ਪੁਦੀਨਾ ਹੁੰਦਾ ਇਹ ਪੁਦੀਨੇ ਤੋਂ ਵੀ ਉੱਪਰ ਇਹਦੀ ਜਿਹੜੀ ਆ ਫ੍ਰੈਗਨੈਂਸ ਆ ਬਹੁਤ ਹੀ ਵਧੀਆ ਸੋ ਸਭ ਤੋਂ ਪਹਿਲਾਂ ਆਪਾਂ ਇਹ ਕੁੱਟ ਲੈਂਦੇ ਹਾਂ ਨਾਲ ਇਹਦੇ ਵਿੱਚ ਮੈਂ ਹਰੀ ਮਿਰਚ ਐਡ ਕਰ ਦਾਂਗੀ ਹਰੀ ਮਿਰਚ ਅੱਖਾਂ ਦੀ ਰੋਸ਼ਨੀ ਤੇਜ਼ ਕਰਦੀ ਆ ਪਰ ਖਾਧੀ ਨਹੀਂ ਜਾਂਦੀ ਮੈਂ ਪਾਈ ਉਹ ਵਾਲੀ ਦੂਸਰੇ ਵਾਲੀ ਆ ਨਾ ਮੋਟੀ ਜਿਹੜੀ ਖਾਧੀ ਜਾਵੇ ਪਰ ਮੈਂ ਕਈ ਵੇਖਿਆ ਬਹੁਤ ਮਿਰਚ ਖਾਂਦੇ ਆ ਪਰ ਸਾਡੀ ਨੂੰ ਪਤਾ ਨਹੀਂ ਖਾਧੀ ਜਾਂਦੀ ਨਾਲ ਹੀ ਇਹਦੇ ਮੈਂ ਜਿਹੜੇ ਥੋੜ੍ਹੇ ਜਿਹੇ ਪੁਦੀਨੇ ਦੇ ਪੱਤੇ ਉਹ ਵੀ ਪਾਵਾਂਗੀ ਇਸ ਤਰ੍ਹਾਂ ਦਾ ਹੁੰਦਾ ਨਿਆਜ਼ ਬੋ ਅਤੇ ਇਹਦੇ ਅਸੀਂ ਜਿਹੜੇ ਆ ਪੱਤੇ ਹੀ ਪਾਵਾਂਗੇ ਧੋ ਲਿਆ ਸੀ ਮੈਂ ਪਹਿਲਾਂ ਇਹ ਤੁਹਾਨੂੰ ਪਤਾ ਕਿ ਅਸੀਂ ਆਪਣੇ ਫਾਰਮ ਹਾਊਸ 'ਤੇ ਸਾਡੇ 'ਤੇ ਲੱਗਾ ਆ ਉੱਥੋਂ ਲੈ ਕੇ ਆਏ ਹਾਂ ਜਿੱਦਾਂ ਅਸੀਂ ਇਹਦਾ ਵਲੌਗ ਵੀ ਵੇਖਿਆ ਨਾ ਉਹਨਾਂ ਨੇ ਹਾਂ ਜੇ ਤੁਸੀਂ ਵਲੌਗ ਦੇਖਿਆ ਹੋਏਗਾ ਤਾਂ ਤੁਹਾਨੂੰ ਪਤਾ ਹੋਏਗਾ ਕਿ ਆਪਾਂ ਇਹ ਲੈ ਕੇ ਆਏ ਸੀ ਔਰ ਸੱਚੀ ਗੱਲ ਇੰਨੀ ਵਧੀਆ ਇਹਦੀ ਫ੍ਰੈਗਨੈਂਸ ਆ ਕਈ ਵਾਰ ਘਰ 'ਚ ਹੁੰਦਿਆਂ ਹੋਇਆਂ ਵੀ ਜਿਹੜੀ ਚੀਜ਼ ਨਹੀਂ ਬਣਾਈ ਜਾਂਦੀ ਸੋ ਮੈਂ ਦੇਖਿਆ ਕਈਆਂ ਦੇ ਘਰਾਂ 'ਚ ਹੁੰਦਾ ਆ ਇਹ ਵੀ ਜਿਹੜਾ ਜਿਸ ਤਰ੍ਹਾਂ ਹੁੰਦੀ ਆ ਨਾ ਤੁਲਸੀ ਹੁੰਦੀ ਆ ਉਸੇ ਤਰ੍ਹਾਂ ਦੇ ਉਹਨਾਂ ਦੀ ਤੁਲਸੀ ਦੀ ਕੈਟਾਗਰੀ 'ਚੋਂ ਹੀ ਕਹਿ ਸਕਦੇ ਜੇ ਤੁਸੀਂ ਜਿਵੇਂ ਤੁਲਸੀ ਦੇ ਬਹੁਤ ਸਾਰੇ ਬੈਨੀਫਿਟ ਆ ਅਤੇ ਉਸੇ ਤਰ੍ਹਾਂ ਹੀ ਇਹ ਆ ਅੰਮ੍ਰਿਤਧਾਰਾ ਵੀ ਇਹ ਤੋਂ ਹੀ ਬਣਦਾ ਸ਼ਾਇਦ ਉਹ ਕਿੱਥੋਂ ਬਣਦਾ ਪੇਟ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਹਾਡੇ ਪੇਟ 'ਚ ਦਰਦ ਆ ਜਾਂ ਤੁਹਾਨੂੰ ਭੁੱਖ ਘੱਟ ਲੱਗਦੀ ਆ ਤਾਂ ਤੁਸੀਂ ਜਿਹੜੀ ਆ ਇਹ ਚਟਨੀ ਬਣਾ ਕੇ ਖਾ ਲਓ ਅਤੇ ਤੁਹਾਨੂੰ ਜਿਹੜਾ ਇਹਦੇ ਨਾਲ ਬਹੁਤ ਫਰਕ ਪਏਗਾ ਥੋੜ੍ਹਾ ਜਿਹਾ ਮੈਂ ਨਮਕ ਵੀ ਐਡ ਕਰ ਦਿੰਦੀ ਹਾਂ ਅਤੇ ਮੈਂ ਪਾਇਆ ਪਿੰਕ ਸੋਲਟ ਜਿੰਨਾ ਕੁ ਤੁਸੀਂ ਖਾਂਦੇ ਜੀ ਉਹਦੇ ਹਿਸਾਬ ਨਾਲ ਪਾ ਲਓ ਲੈ ਲਓ ਲਓ ਜੀ ਕੂੰਡਾ ਟੁੱਟ ਗਿਆ ਸਾਡਾ ਸਾਈਡ ਤੋਂ ਇਹ ਪਹਿਲਾਂ ਵੀ ਜਿਹੜਾ
जोड़िया सी ते हुण साइड तो टुट गया, इहनूं नवां लिआउणा पैणा। कोई नहीं, मैं इत्थे हथ रख के फिर कुटूंगी हुण। चटनी गई साडी बन, हाजमेदार चटनी तुसीं देख सकदे बहुत ही टेस्टी बनी आ। इहदे च कुछ नहीं पाया, सिर्फ एक नमक असी जिहड़ा पिंक सॉल्ट जिहड़ा घर असीं डेली यूज़ करदे उही पाया, होर कुछ भी नहीं पाया। तो इन्नी स्वाद चटनी बनी आ, जे किसी कोल हैगा आ बेजल लीव है तो इहदी चटनी जिहड़ा जरूर ट्राई करियो। तो बाकी जे बच्चे नहीं खाते है ना चटनी, बच्चे कई बार मिर्च वगैरह नहीं खाते, तो उन्होंने तुसीं जिहड़ा जो उन्होंने पेट च कीड़े आ तो तुम यदा जरा पानी बॉयल करके जा यदा थोड़ा जहा जूस कट के दे सकते हैं, तो वो बहुत रिलीफ मिलता है। चटनी गई साड़ी बन, बाकी ये तो गुड़ भी ऐड कर सकते जो मैं इस तरह कर लगी हाँ कि थोड़ी कट लेनी है, जोड़े मिर्च मुर्च खाने वाले उन्होंने अलग कट लेनी है, तो जी रही है वो मैं जरा गुड़ मिक्स कर देना, थोड़ा जहा गुड़ पा लेंगे। तो तुम भी जोड़ा आ जे बच्चे खाना चाहते तो तुम वो जोड़ा गुड़ पा के बच्चों दे सकते जे। इस तरह जो आप डंडे गुंडे ना बनाने तो फिर जिस तरह मूँह के आँदी आ, तो जो असं बनाने मिक्सी ग्राइंडर जो तो बिल्कुल फिर पेस्ट ही बन जाता है। पर कई बार एमरजेंसी में भी बनानी पै जाती है। हाँ बनाई दी है, बनानी की पैदी बनाई दी है। लो जी हेल्दी एंड टेस्टी चटनी बन के तैयार है जी। तो जड़े मेरे चैनल पर पहली बार आते प्लीज़ चैनल को सबसक्राइब जरूर कर लियो जी। रेसिपी चंगी लगती होंगी तो अपने फैमिली फ्रेंड्स के शेयर कर सकते जे। मिलते हैं जी फिर नैक्सट डे नैक्सट वीडियो नाल। थैंक यू तुहाडा सारिआं दा वीडियोज़ देखने लई।